ਬਡਾਲੀਵਾਲਾ ਸਿੰਘ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਜੀ ਹਾਂ, ਦੱਸ ਦਈਏ ਕਿ ਬਡਾਲੀਵਾਲਾ ਸਿੰਘ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਦੀਮਾਪੁਰ ਤੋਂ 10 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ 4 ਅਪ੍ਰੈਲ ਨੂੰ ਐਸਐਚਓ ਥਾਣਾ ਬਡਾਲੀਵਾਲਾ ਸਿੰਘ ਸਬ ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਦੇ ਵੱਲੋਂ ਗਸ਼ਤ ਦੇ ਦੌਰਾਨ ਡੀਐਸਪੀ ਬਸੀ ਪਠਾਣਾ ਅਮਰਪ੍ਰੀਤ ਸਿੰਘ ਦੀ ਹਾਜ਼ਰੀ ਦੇ ਵਿੱਚ ਸੰਜੇ ਕੁਮਾਰ ਨੂੰ 7 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੇ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਨਸ਼ੇ ਦੀ ਉਕਤ ਖੇਪ ਉਹ ਆਪਣੇ ਸਾਥੀ ਰਾਮ ਰਾਜ ਠਾਕੁਰ ਤੋਂ ਮਨੀਪੁਰ ਦੇ ਇਲਾਕੇ ਵਿੱਚੋਂ ਲੈ ਕੇ ਆਇਆ, ਜਿੱਥੇ ਅਫੀਮ ਦੀ ਖੇਤੀ ਹੁੰਦੀ ਹੈ ਤੇ ਉਹ ਉੱਤਰ ਪੂਰਬੀ ਰਾਜਾਂ ਤੋਂ ਅਫੀਮ ਖਰੀਦ ਕੇ ਪੰਜਾਬ, ਹਰਿਆਣਾ ਆਦਿ ਰਾਜਾਂ ਦੇ ਵਿੱਚ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਐਸਐਸਪੀ ਨੇ ਦੱਸਿਆ ਕਿ ਰਾਮ ਰਾਜ ਠਾਕੁਰ ਨੂੰ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਐਸਐਚਓ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਅਗਲੀ ਤਫਤੀਸ਼ ਦੇ ਲਈ ਨਾਗਾਲੈਂਡ ਭੇਜਿਆ ਗਿਆ, ਜਿੱਥੇ ਪਹੁੰਚ ਕੇ ਟੀਮ ਦੇ ਵੱਲੋਂ ਰਾਮ ਰਾਜ ਠਾਕੁਰ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ਤੇ ਬਰਮਾ ਕੈਂਪ ਦੀਮਾਪੁਰ ਨਾਗਾਲੈਂਡ ਤੋਂ 10 ਕਿਲੋ ਅਫੀਮ ਅਤੇ ਹੋਰ ਬਰਾਮਦ ਕੀਤੀ ਹੈ, ਜਿਸ ਦਾ ਦੀਮਾਪੁਰ ਦੀ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਉਸ ਨੂੰ ਹੁਣ ਇੱਥੇ ਲਿਆਂਦਾ ਗਿਆ। ਸਾਈ ਨੰਬਰ FIR ਦਰਜ ਹੋਈ ਸੀਗੀ, ਜਿਹਦੇ ਵਿੱਚ ਇੱਕ ਸੰਜੇ ਕੁਮਾਰ ਨਾਮ ਦੇ ਬੰਦੇ ਤੋਂ ਅਸੀਂ 7 ਕਿਲੋ ਅਫੀਮ ਰਿਕਵਰ ਕੀਤੀ ਸੀਗੀ। ਇਸ ਦੀ ਪੁੱਛਗਿੱਛ ਦੇ ਵਿੱਚ ਇੱਕ ਬਹੁਤ ਅਹਿਮ ਗੱਲ ਸਾਹਮਣੇ ਆਈ ਸੀ ਕਿ ਇਹ ਨੌਰਥ ਈਸਟ ਇੰਡੀਆ ਤੋਂ ਵੱਡੀ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ, ਵੱਡੀ ਕੁਆਂਟਿਟੀ ਦੇ ਵਿੱਚ ਅਫੀਮ ਜਿਹੜਾ ਹੈ ਪੰਜਾਬ ਏਰੀਆ ਦੇ ਵਿੱਚ ਸਮਗਲ ਕਰ ਰਹੇ। ਇਸ ਇਨਫੋਰਮੇਸ਼ਨ 'ਤੇ ਅਸੀਂ ਸਾਰੀਆਂ ਪਰਮਿਸ਼ਨਸ ਲੈ ਕੇ ਜੋ ਇਹਦੀ ਪੁੱਛਗਿੱਛ ਦੇ ਵਿੱਚ ਪੁਲਿਸ ਡਿਸਕਲੋਜਰ ਸਟੇਟਮੈਂਟ ਦੇ ਵਿੱਚ ਜੋ ਗੱਲ ਸਾਹਮਣੇ ਆਈ ਸੀਗੀ ਕਿ ਰਾਮ ਰਾਜ ਠਾਕੁਰ ਨਾਮ ਦਾ ਇੱਕ ਬੰਦਾ ਹੈਗਾ ਜੋ ਵੈਸੇ ਤਾਂ ਬਿਹਾਰ ਦਾ ਸੀਤਾਮੜ੍ਹੀ ਦਾ ਹੈਗਾ ਪਰ ਬਰਮਾ ਕੈਂਪ ਨਾਗਾਲੈਂਡ ਦੇ ਵਿੱਚ ਰਹਿੰਦਾ ਹੈ। ਟੈਕਨੀਕਲ ਵਗੈਰਾ ਜਿਹੜਾ ਐਵੀਡੈਂਸ ਸੀ ਉਹਦੇ ਤੋਂ ਵੀ ਇਹੀ ਗੱਲ ਸਮਝ ਆਈ ਸੀ ਅਤੇ ਪੁਲਿਸ ਪਾਰਟੀ ਜਿਹੜੀ ਹੈ ਐਸਐਚਓ ਬਡਾਲੀਵਾਲਾ ਸਿੰਘ, ਸਬ ਇੰਸਪੈਕਟਰ ਨਰਪਿੰਦਰ ਪਾਲ ਸਿੰਘ ਅਤੇ ਉਹਨਾਂ ਦੀ ਟੀਮ ਨਾਗਾਲੈਂਡ ਪਹੁੰਚੇ ਅਤੇ ਉੱਥੇ ਫੋਲੋਇੰਗ ਪ੍ਰੋਪਰ ਪ੍ਰੋਸੀਜਰ 10 ਕਿਲੋ ਅਫੀਮ ਹੈ ਜਿਹੜੀ ਉਸ ਬੰਦੇ ਤੋਂ ਰਿਕਵਰ ਕੀਤੀ ਗਈ। ਰਿਕਵਰੀ ਤੋਂ ਬਾਅਦ ਇਸ ਬੰਦੇ ਨੂੰ ਰਾਮ ਰਾਜ ਠਾਕੁਰ ਨੂੰ ਜਿਹੜਾ ਮੈਜਿਸਟ੍ਰੇਟ ਸਾਹਿਬ ਕੋਲ ਉੱਥੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਟ੍ਰਾਂਜ਼ਿਟ ਰਿਮਾਂਡ ਲੈ ਕੇ ਇਹ ਟੀਮ ਹੁਣ ਵਾਪਸ ਇੱਥੇ ਪਹੁੰਚੀ ਹੈ ਅਤੇ ਇਹਦਾ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਹੁਣ ਪੇਸ਼ ਕਰਕੇ ਅਤੇ ਇਹਨਾਂ ਦਾ ਅੱਗੇ ਅਸੀਂ ਰਿਮਾਂਡ ਲਵਾਂਗੇ। ਅਹਿਮ ਗੱਲ ਇਹ ਹੈ ਕਿ ਜੋ ਨੌਰਥ ਈਸਟ ਸੈਕਟਰ ਤੋਂ, ਨੌਰਥ ਈਸਟ ਦੇ ਏਰੀਆ ਤੋਂ ਸਮਗਲਿੰਗ ਹੋ ਰਹੀ ਹੈ ਅਫੀਮ ਦੀ, ਉਸ ਚੀਜ਼ ਬਾਰੇ ਕਾਫੀ ਇਸ ਕੇਸ 'ਤੇ, ਪਹਿਲੀ ਗੱਲ ਤਾਂ ਉਸ ਚੀਜ਼ ਬਾਰੇ ਰਿਕਵਰੀ ਕਾਫੀ ਵੱਡੀ ਹੋਈ ਹੈ। ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚ 17 ਕੇਜੀ 17 ਕਿਲੋ ਅਫੀਮ ਦੀ ਰਿਕਵਰੀ ਹੋਈ ਹੈ ਅਤੇ ਸਾਨੂੰ ਕੁਛ ਇਹੋ ਜਿਹੇ ਇਨਪੁਟਸ ਮਿਲੇ ਨੇ ਜਿਸ 'ਤੇ ਹੁਣ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਨੇ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਚੰਗੇ ਖੁਲਾਸੇ ਅਤੇ ਕੁਛ ਚੰਗੀ ਰਿਕਵਰੀ ਕਰ ਸਕਦੇ। ਪਹਿਲਾਂ ਵੀ ਕੋਈ ਕੇਸ ਹੈਗੇ ਨੇ ਜੀ ਇਹਦੇ ਪਰ? ਇਹਦੇ ਪਰ ਪਹਿਲਾਂ ਵੀ ਕੋਈ ਕੇਸ ਹੈਗੇ ਨੇ ਕੁਛ ਹੈਗੇ ਸਰ? ਨਹੀਂ, ਇਹਦੇ 'ਤੇ ਕੋਈ NTPS ਦਾ ਕੇਸ ਨਹੀਂ ਹੈਗਾ, ਬਟ ਜਿੱਦਾਂ ਕਿ ਮੈਂ ਦੱਸਿਆ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਕਿੰਨੀ ਵਾਰੀ ਇਸ ਤੋਂ ਪਹਿਲਾਂ ਇਹਨਾਂ ਨੇ ਇਹੋ ਜਿਹਾ ਕੁਛ ਕੀਤਾ ਜਾਂ ਜਿਹੜਾ ਪੂਰਾ ਸਪਲਾਈ ਚੈਨਲ ਹੈ ਇਹਦੇ ਵਿੱਚ ਹੋਰ ਕੌਣ ਕੌਣ ਇਨਵੋਲਵ ਨੇ, ਇਸ ਚੀਜ਼ ਨੂੰ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਕੰਸਿਡਰ ਕਰਕੇ ਇਸ ਚੀਜ਼ 'ਤੇ ਕੰਮ ਕਰ ਰਹੇ ਹਾਂ। ਸਪਲਾਈ ਜਿਹੜੀ ਫਤਿਹਗੜ੍ਹ ਜ਼ਿਲ੍ਹੇ 'ਚ ਹੁੰਦੀ ਸੀ ਜਾਂ ਕਿਤੇ ਹੋਰ? ਨਹੀਂ, ਮੈਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਅਸੀਂ ਇਹਨੂੰ ਇੰਟਰਸੈਪਟ ਇੱਥੇ ਕੀਤਾ ਕਿ ਪੰਜਾਬ ਦੇ ਏਰੀਆ ਦੇ ਵਿੱਚ ਜਾਂ ਜਿਹੜਾ ਨੇੜੇ ਤੇੜੇ ਦੇ ਏਰੀਆ ਦੇ ਵਿੱਚ ਪੰਜਾਬ ਦੇ ਸਪਲਾਈ ਕਰ ਰਹੇ ਸੀ। ਪਰ ਮੇਨ ਗੱਲ ਇਹ ਹੈ ਕਿ ਉਸ ਏਰੀਆ ਦੇ ਵਿੱਚ ਜਾ ਕੇ ਉੱਥੇ ਰਿਕਵਰੀ ਕਰਕੇ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਜੋ ਹੈ ਉਹ ਚੀਜ਼ ਕਰਨ ਦੇ ਵਿੱਚ ਜਿਹੜੀ ਸਾਡੀ ਪੁਲਿਸ ਟੀਮ ਹੈਗੀ ਪਟਾਰੀ ਵਾਲਾ ਸੀ ਟੋਟਲ ਕਿੰਨੇ ਇਸ ਕੇਸ 'ਚ ਅਰੈਸਟ ਹੋ ਗਏ? ਅਰੈਸਟ 2 ਬੰਦੇ ਅਰੈਸਟ ਹੋ ਗਏ ਅਤੇ 17 ਕੇਜੀ 17 ਕਿਲੋ ਅਫੀਮ ਹੈ ਜਿਹੜੀ ਇਸ ਕੇਸ ਦੇ ਵਿੱਚ ਰਿਕਵਰ ਕੀਤੀ ਗਈ ਹੈ। ਮੈਡਮ ਹੋਰ ਆਕਾਂਸ਼ਾ ਹੈਗੀ ਬੰਦੇ ਵਿੱਚ ਹੋਰ ਵੀ ਹੋ ਸਕਦੇ ਟੀਮ ਇਹਨਾਂ ਦੀ? ਜੋ ਵੀ ਇਹਦੇ ਵਿੱਚ ਸਪਲਾਈ ਚੈਨਲ ਦੇ ਵਿੱਚ ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਉਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ ਅਤੇ ਉਸ ਦੇ ਮੁਤਾਬਕ ਐਜ਼ ਐਂਡ ਵੈਨ ਉਹ ਇਨਫੋਰਮੇਸ਼ਨ ਡਿਵੈਲਪ ਹੁੰਦੀ ਹੈ ਅਸੀਂ ਅਕੋਰਡਿੰਗ ਟੂ ਲਾਅ ਉਹਦੇ 'ਤੇ ਕਾਰਵਾਈ ਕਰਾਂਗੇ। ਤੇਜ਼ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ।